ਜਾ ਗੱਗੂ ਨੇ ਮੈਨੂੰ ਅੱਜ ਫਿਰ ਬੀੜਾ ਮਤਲਬ ਉਹ ਕੁੱਟਿਆ ਈ ਕਿਉਂ ਕੋੜਾ ਸਾਲਾ ਤੈਨੂੰ ਹੱਥ ਲਾ ਜੂ ਤੈਨੂੰ ਮੇਰੇ ਪੁੱਤ ਉਹ ਕੀ ਗੱਲ ਆ ਗੱਗੂ ਕੀ ਬਿਮਾਰੀ ਤੂੰ ਸਾਡੇ ਜਵਾਨ ਨੂੰ ਕੁੱਟਿਆ ਕਿਉਂ ਆ ਚਾਚਾ ਜੀ ਤੁਸੀਂ ਤਾਂ ਵੱਡੇ ਹੋ ਘਰ ਵਾਲੀ ਦਾ ਗੁੱਸਾ ਸੀ ਇੱਥੇ ਨਿਕਲ ਗਿਆ ਤੁਸੀਂ ਤਾਂ ਸਮਝ ਹੀ ਸਕਦੇ ਹੋ ਪਰ ਚਾਚਾ ਚੱਲ ਸਾਰੇ ਤੇ ਬਹਿ ਜਾ ਤੂੰ ਆ ਲਓ ਬਾਈ ਜੀ ਚਾਹ ਪੀ ਲਓ ਜੀ ਓ ਬੱਲੇ ਯਾਰ ਤੂੰ ਸਾਨੂੰ ਹਰ ਰੋਜ਼ ਕਿੰਨੀ ਸਵਾਦ ਚਾਹ ਪਿਉਣਾ ਅਸੀਂ ਫਿਰ ਵੀ ਤੇਰੀ ਕਿੰਨੀ ਬੇਇੱਜ਼ਤੀ ਕਰਦੇ ਆ ਤੈਨੂੰ ਕੁੱਟਦੇ ਆ ਮਾਰਦੇ ਆ ਪਰ ਅੱਜ ਤੋਂ ਬਾਅਦ ਤੈਨੂੰ ਕਦੇ ਕੁਝ ਨਹੀਂ ਕਹਿਣਾ ਕਦੇ ਕੁਝ ਨਹੀਂ ਕਹਿਣਾ ਬਾਈ ਤੇਰੇ ਨਾਲ ਵਾਦਾ ਰਿਹਾ ਤੇ ਬਾਈ ਫਿਰ ਮੇਰਾ ਵੀ ਵਾਦਾ ਤੁਹਾਡੇ ਨਾਲ ਰਿਹਾ ਅੱਜ ਤੋਂ ਬਾਅਦ ਕਦੇ ਵੀ ਤੁਹਾਡੀ ਚਾਹ 'ਚ ਮੈਂ ਥੁੱਕ ਨਹੀਂ ਸੁੱਟਦਾ यार आजकल वो लड़के भी ब्रांड्स की बात कर रहे हैं जो बचपन में स्कूल की ड्रेस पहन के बारात में चले जाया करते थे। यार आजकल वो लड़कियां भी रील्स पर हग रही हैं जो बचपन में स्कूल ड्रेस में हग दिया करती थी। यार भाई मैं सुना तेरा फोन चोरी हो गया, फिर आज चार्जर मेनू दे दे। ਬਈ ਯਾਰ ਖੰਡ ਹੈਗੀ ਆ? ਹਾਂ ਯਾਰ ਬਈ ਹੈਗੀ ਆ ਯਾਰ। ਕਿੰਨੀ ਕਾ ਬਈ? ਯਾਰ ਹੈਗੀ ਆ 20 ਕੁ ਕਿਲੋ ਹੈਗੀ ਆ। ਬਈ ਯਾਰ ਇਦਾਂ ਕਰ ਸਾਰੀ ਪਾ ਦੇ। ਸਾਰੀ? ਉਹ ਚੱਲ ਚੱਲ ਜੇ ਸਾਰੀ ਤੈਨੂੰ ਦੇਤੀ ਤੇ ਅਸੀਂ ਕੀ ਵੇਚਾਂਗੇ। ਮੈਂ ਤਾਂ ਡਾਲ ਕੀ 2 ਦਿਨ ਦਵਾਈ ਲਗਾਤਾਰ ਖਾਣੀ। ਡਾਕਟਰ ਸਾਹਿਬ ਮੈਨੂੰ ਜਲਨ ਹੋਣ ਡਈ ਏ। ਕਾਦੀ ਜਲਨ? ਮੇਰਾ ਭਰਾ ਮੇਰੇ ਤੋਂ ਅੱਗੇ ਵੱਧ ਗਿਆ। ਹੈਲੋ ਕਿਉਂ ਰੋਈ ਜਾਂਦਾ ਯਾਰ ਤੂੰ? ਚਾਚਾ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਨੇ ਮੈਨੂੰ ਨੰਬਰ ਦਿੱਤਾ ਈ। ਤੇਰੇ ਪੁੱਤ ਚੰਗੀ ਗੱਲ ਆ, ਫਿਰ ਰੋਣ ਵਾਲੀ ਕਿਹੜੀ ਗੱਲ ਆ? ਚਾਚਾ ਮੈਨੂੰ ਖੁਸ਼ੀ ਜ਼ਿਆਦੇ ਹੋ ਗਈ, ਮੈਂ ਚੁੰਮ ਚੁੰਮ ਕੇ ਸਵੇਰ ਦੇ ਅੱਧੇ ਅੱਖਰ ਹੀ ਡਾਲੇ ਆ। ਜਿਆ ਨੰਬਰ ਦਿੱਤਾ ਹੁੰਦਾ ਮੈਨੂੰ ਸਾਲਾ ਸਾਂਭ ਸਾਂਭ ਪਰਸ 'ਚ ਨਾ ਰੱਖਦਾ। ਇਹਨਾਂ ਹੰਝੂਆਂ ਦਾ ਕੀ? ਚੱਕ ਲੋ ਰੱਬ ਦਾ ਨਾਂ ਲੈ ਕੇ। ਓ ਬਈ ਤੂੰ ਤਾਂ ਕੱਲ ਸਹੁਰੇ ਗਿਆ ਸੀ ਘਰ ਦੇ ਲੈਣ, ਕੀ ਬਣਿਆ ਫਿਰ? ਓ ਕੁਛ ਨਹੀਂ ਯਾਰ, ਬੰਨਾ ਕੀ ਆ, ਸਾਲੀ ਉੱਥੇ ਵੀ ਬੇਇੱਜ਼ਤੀ ਹੋ ਗਈ। ਇਹੋ ਜਿਹਾ ਕੀ ਕਰਤਾ ਤੂੰ? ਓ ਬਾਈ ਮੈਂ ਉੱਥੇ ਰਹਿ ਪਿਆ ਰਾਤ, ਮੇਰੀ ਘਰ ਵਾਲੀ ਤੇ ਮੇਰੀ ਸੱਸ ਪੈ ਗਈ ਅੰਦਰ ਤੇ ਅਸੀਂ ਪੈ ਗਏ ਬਾਹਰ। ਰਾਤੀ 12 ਵਜੇ ਨਾ ਮੈਨੂੰ ਝਾਂਜਰਾਂ ਦੀ ਆਵਾਜ਼ ਆਈ, ਮੈਂ ਕਿਹਾ ਬਣ ਗਈ ਗੱਲ ਬਈ, ਘਰ ਦੀ ਚੇਤੇ ਕਰਦੀ ਪਈ ਆ। ਅੱਧੇ ਕੁ ਘੰਟੇ ਬਾਅਦ ਮੈਨੂੰ ਫਿਰ ਝਾਂਜਰਾਂ ਦੀ ਆਵਾਜ਼ ਆਈ ਤੇ ਮੈਂ ਉੱਠ ਕੇ ਬਹਿ ਗਿਆ। ਮੇਰਾ ਸਹੁਰਾ ਕਹਿੰਦਾ ਸੋ ਜਾ ਪੁੱਤ ਸੋ ਜਾ, ਮੱਝ ਦੇ ਸੰਗਲ ਦੀ ਆਵਾਜ਼ ਆ। ਮੈਂ ਤਾਂ ਡਰ ਗਈ, ਰਮਾਨੋ ਪੇ ਪਾਣੀ ਫਿਰ ਗਿਆ ਕਿ ਕੁੜੀਆਂ ਦੇ ਨਖਰੇ ਤੇ ਧਰਤੀ ਚੋਂ ਪਾਣੀ ਕਦੇ ਨਹੀਂ ਖਤਮ ਹੋ ਸਕਦਾ, ਇਹ ਸਭ ਅਫਵਾਹਾਂ ਹੀ ਨੇ। ਮੇਰੀ ਸਹੇਲੀ ਬੋਲਦੀ ਆ ਕਹਿੰਦੀ ਜਾਨ ਨੂੰ ਮੁਝੇ ਕਹੀਂ ਗੁਮਾ ਲਾਓ ਨਾ, ਮੈਂ ਫੜ ਕੇ ਧੌਣ ਤੋਂ 15-20 ਮਿੰਟ ਕਮਾਈ, ਇਹ 'ਚ ਬ੍ਰੇਕਅਪ ਕਰਨ ਵਾਲੀ ਕੀ ਗੱਲ ਸੀ?